अज असी तुहानू लैके चल रहे न्यू सुखमनी इंटरलॉक टाइल फैक्टरी जो कि कोटपुरा रोड नियर सिटी पार्क मोगा विखे स्थित है। इत्थे गुरु घर कोठियां मकानों में इंटरलॉक लगवाने की फैसिलिटी मौजूद है। इतों की इंटरलॉक टाइल बहुत ही वधिया क्वालिटी की बहुत ही वाजिब दामों पर मौजूद है। दूरों दूरों ग्राहक इतने पहुँचते हैं तो इतों इंटरलॉक टाइल खरीदते हैं। साई टीम ने इतों के ओनर नाल गलबात की जिन्होंने सानू न्यू सुखमनी इंटरलॉक टाइल फैक्टरी बारे विस्तार नाल जानकारी दी। आओ नज़र मारते हैं इस दीआं झलकियां ते। इश्को पंजाब प्लस चैनल ते तुहाडा स्वागत है। अज असीं आए हाँ न्यू सुखमनी इंटरलॉक टाइल्स दे वालिआं दे कोल और गल कर रहे हैं गुरप्रीत जी दे नाल जिन्हां दा लंबा एक्सपीरियंस है इस फील्ड दे विच। ਗੁਰਪ੍ਰੀਤ ਜੀ ਸਵਾਗਤ ਆ ਤੁਹਾਡਾ। ਕਿੱਦਾਂ ਤੁਸੀਂ ਮੋਗਾ ਦੇ ਹਰਟ ਦੇ ਵਿੱਚ ਜੀ ਟੀ ਰੋਡ ਦੇ ਉੱਪਰ ਕੋਟਕਪੂਰਾ ਬਾਈਪਾਸ ਆ ਜਿਹੜਾ ਉੱਥੇ ਤੁਸੀਂ ਇਹ ਸੇਵਾਵਾਂ ਸ਼ੁਰੂ ਕੀਤੀਆਂ? ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਜੋ ਚੈਨਲ ਵਾਲਿਆਂ ਨੇ ਤੁਸੀਂ ਸਾਡੇ ਕੋਲ ਵਿਜਿਟ ਕੀਤਾ ਅਤੇ ਸਾਡੀ ਟਾਇਲ ਫੈਕਟਰੀ ਨੂੰ ਫਿਲਮਾਇਆ। ਬਹੁਤ ਬਹੁਤ ਧੰਨ ਕਰਦਾ ਮੈਂ ਤੁਹਾਡਾ ਅਤੇ ਤੁਹਾਡੀ ਟੀਮ ਦਾ। ਐਕਚੁਲੀ ਸਰ ਸ਼ੁਰੂਆਤ ਇਹ ਹੋਈ ਮਤਲਬ ਇੰਟਰਲੋਕ ਟਾਇਲ ਦੀ ਡਿਮਾਂਡ ਨੂੰ ਦਿਨ ਬ ਦਿਨ ਵੱਧਦੀ ਦੇਖ ਕੇ ਤਾਂ ਸਾਡੇ ਦਿਮਾਗ ਦੇ ਵਿੱਚ ਵੀ ਆਇਆ ਵੀ ਅਸੀਂ ਵੀ ਇਸ ਵਿੱਚ ਮਤਲਬ ਸਟਾਰਟਅਪ ਅਸੀਂ ਵੀ ਇਹ ਪੁਆਇੰਟ 'ਤੇ ਕਰੀਏ ਤਾਂ ਡਿਮਾਂਡ ਨੂੰ ਦੇਖ ਕੇ ਅਸੀਂ ਇਹ ਸਟਾਰਟਅਪ ਯਾਨੀ ਕਿ ਸਟਾਰਟ ਕੀਤਾ ਗਾ ਇੰਟਰਲੋਕ ਟਾਇਲ ਦਾ ਨਿਊ ਸੁਖਮਨੀ ਟਾਇਲ ਜੋ ਗੈਲ ਰੋਡ ਨੀਅਰ ਗੈਲ ਰੋਡ ਮੋਗਾ ਕੋਟਕਪੂਰਾ ਰੋਡ 'ਤੇ ਸਥਿਤ ਹੈ ਜੀ। ਵੀਰ ਜੀ ਜਿਸ ਤਰੀਕੇ ਦੇ ਨਾਲ ਤੁਹਾਡੇ ਜਿਹੜੇ ਇੱਥੋਂ ਦੇ ਓਨਰ ਨੇ ਉਹਨਾਂ ਦਾ ਮਾਇੰਡ ਆ ਕਿ ਅਸੀਂ ਨਫ਼ਾ ਚਾਹੇ ਘੱਟ ਬਾਜੇ ਪਰ ਚੀਜ਼ ਦੀ ਕੁਆਲਿਟੀ ਵਧੀਆ ਦੇਣੀ ਆ, ਤੁਸੀਂ ਬਹੁਤ ਵਧੀਆ ਟਾਇਲਸ ਵੱਡੀ ਸਾਈਜ਼ ਨਿੱਕਾ ਸਾਈਜ਼ ਮੀਡੀਅਮ ਸਾਈਜ਼ ਕਾਫੀ ਮਤਲਬ ਵੱਖ ਵੱਖ ਤਰ੍ਹਾਂ ਦੇ ਜਿਹੜੇ ਡਿਜ਼ਾਈਨਾਂ ਦੇ ਨਾਲ ਲੈ ਕੇ ਤੁਸੀਂ ਜਿਹੜੀ ਹੈਗੀਆਂ ਇੱਥੇ ਟਾਇਲਸ ਬਣਾ ਰਹੇ ਹੋ ਔਰ ਲੋਕਾਂ ਨੂੰ ਮਤਲਬ ਜਿਹੜੀ ਦੂਜੀ ਟਾਇਲ ਲੱਗ ਜਿਹੜੀ ਦੂਜੀ ਇੱਟ ਲੱਗਣੀ ਹੁੰਦੀ ਸੀ ਉਹਦੇ ਨਾਲੋਂ ਵਧੀਆ ਰੇਟਸ ਦੇ ਕੇ ਉਹਨਾਂ ਨੂੰ ਉਹਨਾਂ ਦਾ ਮਨ ਜਿਹੜਾ ਖੁਸ਼ ਕਰ। ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ, ਮਤਲਬ ਵੀ ਸਾਨੂੰ ਜ਼ਿਆਦਾ ਪ੍ਰੋਫੀਟੇਬਲ ਨਾਲ ਕੋਈ ਮਤਲਬ ਨਹੀਂ ਹੈ, ਸਾਨੂੰ ਆ ਵੀ ਕਸਟਮਰ ਦੀ ਜੋ ਨੀਡ ਹੈ ਉਹ ਫੁਲਫਿਲ ਹੋ ਸਕੇ। ਕਸਟਮਰ ਕੀ ਡਿਮਾਂਡ ਕਰਦਾ ਅਸੀਂ ਉਸ ਕਸਟਮਰ ਦੀ ਡਿਮਾਂਡ ਨੂੰ ਫੁਲਫਿਲ ਕਰਨ ਵਾਸਤੇ ਹੀ ਮਤਲਬ ਇੰਟਰਲੋਕ ਟਾਇਲ ਦਾ ਬਿਜ਼ਨਸ ਯਾਨੀ ਕਿ ਸ਼ੁਰੂ ਕੀਤਾ ਹੋਇਆ। ਬਾਕੀ ਰਹੀ ਗੱਲ ਚੱਲਤ ਦੀ, ਜੋ ਪਹਿਲਾਂ ਟਾਇਲ ਲੱਗਦੀ ਸੀਗੀ ਜਾਂ ਇੱਟ ਲੱਗਦੀ ਸੀਗੀ ਉਹ ਮਤਲਬ ਉਹਦੀ ਜੋ ਵੈਲੀਡਿਟੀ ਸੀ ਉਹ ਘੱਟ ਸੀ, ਬਟ ਇਹਨਾਂ ਦੀ ਜੋ ਮਿਆਦ ਹੈ ਟਾਇਲ ਦੀ ਉਹ ਐਜ਼ ਪਰ ਮਟੀਰੀਅਲ ਐਜ਼ ਪਰ ਉਹਦੀ ਕੰਪ੍ਰਹੈਂਸਿਵ ਸਟਰੈਂਥ ਦੇ ਬਿਹਾਵ 'ਤੇ ਮੈਟਰ ਕਰਦੀ ਆ, 10 ਸਾਲ 15 ਸਾਲ ਕਰਦੀ ਆ। ਬਾਕੀ ਇਹ ਈਜ਼ੀ ਟੂ ਯੂਜ਼ ਆ ਐਂਡ ਇੰਸਟਾਲੇਸ਼ਨ ਵਿੱਚ ਵੀ ਈਜ਼ੀ ਰਹਿੰਦੀ ਹੈ, ਮਤਲਬ ਕੱਲ੍ਹ ਨੂੰ ਕਸਟਮਰ ਨੂੰ ਕੋਈ ਨੀਡ ਹੁੰਦੀ ਹੈ ਵੀ ਆਪਾਂ ਨੂੰ ਵਿਹੜਾ ਵਗੈਰਾ ਉੱਚਾ ਕਰਦੇ ਹਾਂ ਜਾਂ ਕਿਤੇ ਪਾਈਪਿੰਗ ਵਗੈਰਾ ਕਰਦੇ ਹੈ ਤਾਂ ਉਸ ਦੇ ਵਿੱਚ ਇਸ ਨੂੰ ਮਤਲਬ ਰੀਇੰਸਟਾਲ ਕਰਨਾ ਈਜ਼ੀ ਹੈ, ਉਹਨੂੰ ਪੱਟ ਕੇ ਦੁਬਾਰਾ ਇੰਸਟਾਲ ਕਰਨਾ ਬਹੁਤ ਜ਼ਿਆਦਾ ਈਜ਼ੀ ਹੈ, ਦੈਨ ਇਸ ਕਰਕੇ ਮਤਲਬ ਇਹਦੀ ਮਤਲਬ ਡਿਮਾਂਡ ਜ਼ਿਆਦਾ ਹੋ ਰੱਖੀ ਹੈ। ਵੀਰ ਜੀ ਕਿਵੇਂ ਹੁਣ ਅੱਜ ਅਸੀਂ ਦੇਖਿਆ ਨਿੱਕੀ ਨਿੱਕੀ ਵੀ ਤੁਸੀਂ ਬਣਾਈ ਹੈ, ਟਾਇਲਾਂ ਵਰਗੂ ਵੀ ਬਣਾਈ ਹੈ, ਅੱਗੇ ਟਾਇਲਾਂ ਦਾ ਪ੍ਰੋਬਲਮ ਹੁੰਦੀ ਸੀ ਕਿਉਂਕਿ ਇਹਦਾ ਸਾਈਜ਼ ਜਿਹੜਾ ਹੈਗਾ ਥੋੜ੍ਹਾ ਜਿਹਾ ਵੱਡਾ ਹੁੰਦਾ ਸੀਗਾ, ਹੁਣ ਨਾਲ ਟਾਇਲਾਂ ਵਰਗੇ ਨਿੱਕੇ ਨਿੱਕੇ ਸਟਾਈਲ ਵੀ ਕਿਵੇਂ ਮਤਲਬ ਤੁਹਾਡੇ ਮਨ 'ਚ ਆਏਗੀ ਕਿ ਇੱਕ ਨਵੀਆਂ ਕ੍ਰੀਏਸ਼ਨਸ ਕਰੀਏ? ਐਕਚੁਲੀ ਇਹ ਜੋ ਟਾਇਲ ਹੈ ਉਹ ਵਜ਼ਨ ਦੇ ਹਿਸਾਬ ਨਾਲ ਹਰੇਕ ਜਗ੍ਹਾ 'ਤੇ ਪ੍ਰੈਫਰ ਕਰਦੀ ਕਿੱਥੇ ਕਿਹੜੀ ਲੱਗਣੀ ਹੈਗੀ ਆ, ਉਹ ਕਿੱਦਾਂ ਹੁੰਦੀ 80 mm, 1 60 mm, 1 40 mm, 1 20 mm 'ਚ ਸਾਡੇ ਕੋਲ ਚਾਰੋਂ ਤਰ੍ਹਾਂ ਦੀਆਂ ਨੇ ਅਵੇਲੇਬਲ ਨੇ, ਅਸੀਂ ਚਾਰੋਂ ਤਰ੍ਹਾਂ ਦੇ 80, 60, 40 ਅਤੇ 20 mm ਦੇ ਵਿੱਚ ਹੀ ਕੰਮ ਕਰਦੇ ਹਾਂ। 80 mm ਦੇ ਹੈਵੀ ਲੋਡਡ ਰੋਡ 'ਤੇ ਲੱਗਦੀ ਹੈ ਜੀ, 60 mm ਮਤਲਬ ਆਮ ਜਿਵੇਂ ਜੱਟਾਂ ਦੇ ਘਰ ਹੋ ਗਏ ਜਿੱਥੇ ਟਰੈਕਟਰ ਟਰਾਲੀ ਜਾਂ ਕੋਈ ਹੋਰ ਹੈਵੀ ਲੋਡਡ ਚੀਜ਼ ਚੱਲਦੀ ਹੈ। 40 mm ਦੀ ਜੋ ਤੁਸੀਂ ਪਤਲੀ ਕਹਿ ਰਹੇ ਹੋ ਚਾਹੇ ਉਹ ਹੁੰਦੀ 40 mm ਦੀ, 40 mm 'ਚ ਬਹੁਤ ਡਿਜ਼ਾਇਨ ਆਉਂਦੇ ਨੇ ਪਰ 40 mm ਦੀ ਉੱਥੇ ਯੂਜ਼ ਹੁੰਦੀ ਜਿੱਥੇ ਮੰਨ ਕੇ ਚਲੋ ਆਪਣੀ ਗੱਡੀ ਵਗੈਰਾ ਖਾਲੀ ਚੱਲਣੀ ਹੈ ਸਿਰਫ ਉੱਥੇ ਯੂਜ਼ ਹੁੰਦੀ ਹੈ। 20 mm ਦੀ ਜਿੱਦਾਂ ਰੈਂਪ 'ਤੇ ਆ ਗਈ ਛੱਤ ਵਾਲੀ ਟਾਇਲ ਹੋ ਗਈ ਉਹ 20 mm ਦੇ ਅੰਡਰ ਆਉਂਦੀਆਂ ਨੇ, ਯੂਜ਼ ਹੁੰਦੀ ਆ ਹਰੇਕ ਮਤਲਬ ਕਿੱਥੇ ਆਪਾਂ ਕਿਹੜੀ ਟਾਇਲ ਲਗਾਉਣੀ ਕਿੱਥੇ ਕਿਹੜੀ ਟਾਇਲ ਉਹਦੇ ਬਿਹਾਵ 'ਤੇ ਹੀ mm ਦਾ ਫਰਕ ਪੈਂਦਾ ਰਹਿੰਦਾ ਜੀ। ਵੀਰ ਜੀ ਦੂਸਰੀ ਟਾਇਲ ਦਾ ਜਿਹੜਾ ਅੱਜ ਕੱਲ੍ਹ ਰੇਟ ਬਹੁਤ ਜ਼ਿਆਦਾ ਮਹਿੰਗਾ ਹੋਇਆ ਪਿਆ, ਕੀ ਉਹਦੇ ਨਾਲ ਨਾਲ ਇਹਨਾਂ ਟਾਇਲਾਂ ਦਾ ਵੀ ਰੇਟ ਕਾਫੀ ਕਰੰਟ ਆਇਆ? ਜੋ ਦੂਸਰੀ ਟਾਇਲ ਹੈ ਉਹਦੇ ਬਿਹਾਵ 'ਤੇ ਜੇ ਆਪਾਂ ਇਸ ਟਾਇਲ ਨੂੰ ਦੇਖਿਆ ਜਾਵੇ ਤਾਂ ਇੱਕ ਤਾਂ ਸਫਾਈ ਦਾ ਫਰਕ ਬਹੁਤ ਜ਼ਿਆਦਾ ਪੈਂਦਾ ਜੀ, ਠੀਕ ਹੈ ਕਿ ਨਹੀਂ? ਦੂਸਰੀ ਗੱਲ ਇਹ ਆ ਮਤਲਬ ਡੈਮੇਜਸ ਉਹ ਜ਼ਿਆਦਾ ਹੁੰਦੀ ਹੈ, ਇਹ ਘੱਟ ਹੁੰਦੀ ਹੈ ਜੀ ਮਟੀਰੀਅਲ, ਅਤੇ ਤੀਸਰੀ ਗੱਲ ਇਹ ਆ ਵੀ ਰੇਟ ਦਾ ਫਰਕ ਤਾਂ ਪੈਂਦਾ ਹੀ ਪੈਂਦਾ ਹੈਗਾ ਜੀ, ਕਿਉਂ ਕਸਟਮਰ ਐਕਚੁਲੀ ਅੱਜ ਦਾ ਮਾਡਰਨ ਜ਼ਮਾਨੇ ਦੇ ਹਿਸਾਬ ਨਾਲ ਤਾਂ ਕਸਟਮਰ ਮਾਡਰਨ ਹੋ ਰਿਹਾ ਜੀ। ਬਿਲਕੁਲ ਜੀ। ਇਹਦਾ ਰੇਟ ਮਤਲਬ ਕਿੰਨਾ ਕੁ ਹੁੰਦਾ ਵੀਰ ਜੀ? ਇਹ ਡਿਪੈਂਡ ਕਰਦੀ ਹੈ ਜੀ ਮਤਲਬ mm ਦੇ ਹਿਸਾਬ 'ਤੇ,
जो 40 mm आ वो अप्रोक्स करती आ 7 to 10 rupees के विच विच चली जाती है डिजाइन के अकॉर्डिंग एंड साइज के अकॉर्डिंग। 60 mm चली जाती है 10 to 15 के विच विच भी चली जाती है जी। 80 जाती है 15 to 18 के विच विच चली जाती है जी। और मैट डिजाइन के हिसाब से हरेक का मतलब टायल का रेट वाधा रहता जी। सब तो वीडी जी लोगों मतलब खुशी की गल है कि कदों उन्होंने रीइंस्टॉल करना जो भी तोड़ के बना तो एक ये नुकसान घट हों और द्वारा बंदा उन्होंने कड़ लेंदा। बिल्कुल बिल्कुल जी। मतलब मान के चलो हूँ अपना फुट वेड़ा नीवा हो गया गली नो यू उतारिया जाता एक अद्धा पीस बै डैमेज हों का बाकी सारी उतर जाती है। भर्ती पाओ उन्होंने पद्धर करो दैन फिर इनू रीइंस्टॉल कर दो उसके उपर ग्रेस भी नहीं फर्क हों। ना कोई ग्रेस फर्क नहीं पैंता बस इन्हें थोड़ी बहुत साफ होंगी है मिट्टी वगैरह जी कन्नी लगी होंगी उन्होंने साफ करो दैन रीइंस्टॉल। और हम असं चाहवे कि गुरप्रीत जी सू सारा दिखाओ मटीरियल बनता किमें बनती है टाइल कि बना रहे हैं और मैं कैमरामैन कहूँगा तो जाना सारा तुम स्टार्टिंग तो ला के दिखाओ सारिया बारों भी जो टाइल पाइं भी बनिया भी पे बारे भी सारा दस के धन्यवाद। बिल्कुल बिल्कुल सर शो मैं दिखा देना तुम आ जी। डंबल 40 mm वो ये साइज हों का ये जो लगता अपना मतलब जिते खाली गड्डी वगैरह चलनी है उत्थे लगेगी ये 40 mm की क्योंकि यदि मोटाई जी है वो घट होंगी है वजन अकॉर्डिंग गड्डी का चल सकती है। ठीक है जी। ये काफ़ी डिजाइन आते हैं फिलहाल अपने को मौजूदा 40 mm का डंबल है ये आ जाता 60 mm का मतलब वो थोड़ा जहा ज़्यादा मोटा हो जाता है ये 60 mm का मोटाई होंगी है जी। ये मतलब उत्थे लग सकता जिते हैवी लोडड वगैरह चलता गा ट्रैक्टर ट्राली वगैरह चलेगी। ठीक है जी। ये उपर मतलब खाली मतलब ट्रक वगैरह भी चल सकते हैं 60 mm की होंगी है प्रेफर ही लगती है गलियां गलियां वगैरह लगती है ये रेड कलर चाहती है इदा ही ये नाल दा कलर होंगे अपने को वाइट। ठीक है जी। ये वाइट कलर चाहती है 60 mm की है ये भी ही इसनों भी डंबल ही कहा जाता है ये भी घर के ला दी जिते मतलब ट्रैक्टर ट्राली वगैरह हैवी लोडड वगैरह चीज़ा चल दें। उस तो बाद आ जाती है जी ये वी शेप। वी शेप अज के टाइम के बहुत ज़्यादा डिमांडिंग है यदि डिमांड दिन ब दिन वही जा रही है। ये होंगी 60 mm च ये भी मतलब जिते ट्रैक्टर ट्राली वगैरह चलती है उत्थे लगती है वो थले जो मर्जी लवा लेना मत जिन्हों का लोड ट्रैक्टर ट्राली तो घट चलता लवा सकते हैं वधिया हैवी है बट मतलब जो ट्रैक्टर ट्राली तो ज़्यादा लोड लंघना गा दैन वी शेप उस जगह पर प्रैफर नहीं करती। ये भी 3 तरह के रंग आते लाल आता गा वाय चिट्टा आता गा तो ब्लैक आता गा दैन आ जाता अपने को एल शेप भी उस तरह ही ये भी उत्थे ही लगती है जिते मन के चलो अपनी हैवी चीज़ जानी है ट्रैक्टर ट्राली जाना गा मिट्टी का भरया हो किसी चीज़ का भरया हो कोई मैटर नहीं करता अपन बस मतलब है कि हैवी लोडर वास्ते ही 60 mm की 60 mm की अपनी चलती है एल शेप। बहुत ज़्यादा डिमांड की ये है ये भी 3 तरह के कलर ही मिलते अपन रेड ब्लैक एंड वाइट ऑलसो। उस तो अगे आ जाओ 40 mm का अपने को जो डंबल पिया गा वो वाइट का सीगा ये रेड का आ गया गा। डंबल दे विच एक होर प्रिया चीज़ आ जाती है जो उपरों डिजाइनदार काफ़ी है 60 mm दे विच हैवी चीज़ है भी ये पई अपने को वी शेप जो मैं तुम्हें कह रहा सीगा वाइट है 60 mm की वो रेड सी ये वाइट है दैन इस नाल दी एक ब्लैक आती है एल पई अपने को वाइट है वो रेड पई से अपने को एल का स्टॉक पिया है डंबल का आ गया। एक आ जाता अपने को जैबरा जैबरा की डिमांड भी बहुत है इसकी भी स्ट्रेंथ बहुत ज़्यादा होंगी है ये भी उत्थे ही इंस्टॉल होना जिते मान के चल ट्रैक्टर ट्राली लोडड भरे कणक कुणक का रेते का कितने भी चलना गा उत्थे इंस्टॉल होंगी है। ये रेड कलर च आ जाता गा जैबरा जैबरा एक वाइट कलर चाहता ये भी सारा जैबरे का ही है स्टॉक जैबरे के काफ़ी डिजाइन आते हैं अपने को फिलहाल इस टाइम यही चल रहा है। विधि यह होंगी है आ माल अज कटिया होया गा सारा 40 mm का वह पिया गा जी 60 mm का ये हैगा वो माल आ मशीन तो भर भर के उत्ते रखी जाइए वो एक दिन बाद निकल जाता वो इदा मशीन से चल होंगी है ये तो डबल कोटिंग होंगी है ये तो सब तो पहले थले निरा माल पाया जाता है निरा माल जिस नाल तेल की ज़्यादा होर मजबूती आ जाती तो फिनिशिंग बहुत ज़्यादा आती है वाइब्रेशन चलती है वो टॉप लाया जाता निरा घोल के वो सीटा जाता जी पहली टॉप जी लगती है इदा कर
ਕਰਕੇ ਸਾਰਾ ਕੰਮ ਦਾ ਪ੍ਰੋਸੈਸ ਚੱਲਦਾ ਹੁੰਦਾ ਵਾ 40 ਐਮ ਐਮ ਦਾ ਹੁੰਦਾ ਵਾ ਆਹ ਤਾਂ ਟੌਪ ਲੱਗ ਰਿਹਾ ਹੈਗਾ ਇਹਦੇ ਉੱਪਰ ਪਹਿਲੀ ਲੇਅਰ ਟੌਪ ਦੀ ਲੱਗਦੀ ਜੋ 20 ਐਮ ਐਮ ਦੇ ਨੀਅਰ ਬਾਏ ਲੱਗਦੀ ਹੈ ਜਿਸ ਨਾਲ ਟਾਇਲ 'ਤੇ ਜ਼ਿਆਦਾ ਹੋਰ ਮਜ਼ਬੂਤੀ ਆ।